ਪੈਨੇ ਹਾਲੀ 25 ਸਾਲ ਦੀ ਗੱਲ ਐ ਮੈਂ ਤੇਰੀ ਗੱਡੀ ਨੂੰ ੱਤਕਾ ਲਾ ਕੇ ਲੈ ਕੇ ਜਾ ਰਿਆ ਸਾ ਉਹ ਧੀਆਂ ਰਾਣੀਆਂ ਕਿੰਨਾ ਜੰਮੀਆਂ ਤੇ ਕਿੰਨਾ ਲੈ ਜਾਣੀਆਂ ਹਾਏ ਬਸ ਪਾਈ ਜਾਣ ਵਕਤ ਵਕਤ ਦੀਆਂ ਗੱਲਾਂ ਨੇ ਬਾਜੀ ਤੂੰ ਕਿਹੋ ਜਿਹੀ ਗੱਲਾਂ ਕਰਦੀ ਐ ਵਕਤ ਤੇਰੀ ਜੇਬ ਐ ਚੈ ਤੈਨੂੰ ਪਤਾ ਹੋਣਾ ਚਾਹੀਦਾ ਪੈਨੇ ਉਹ ਪੈਨੇ ਤੈਨੂੰ ਪਤਾ ਹੋਣਾ ਚਾਹੀਦਾ ਜਿੱਥੋਂ ਜਿੱਥੋਂ ਤੇਰਾ ਵੀਰ ਐਵੇਂ ਤੁਰਦਾ ਨੰਗਦਾ ਐ ਨਾ ਉੱਥੋਂ ਉੱਥੋਂ ਲੋਕ ਕਹਿੰਦੇ ਨੇ ਉਹ ਕਾਜੂ ਗੈਂਦਾ ਆਇਆ ਉਹ ਕਾਜੂ ਗੈਂਦਾ ਆਇਆ ਉਹ ਦੇਖ ਤੇਰਾ ਪਾਂਜਾ ਵੀ ਆ ਗਿਆ ਹੈ ਹੈ? ਓਏ ਤੂੰ ਕਿੰਦੇ ਕੋਲੋਂ ਮਾਰ ਖਾ ਕੇ ਆਇਆ ਹੈ? ਕਿਉਂ ਰੋਂਡਿਆ ਹੈ? ਸਾਤਾਲੇ ਮੁੰਡੇ ਨੇ ਮੇਰੇ ਜਿੰਨੀ ਜ਼ੋਰ से ਬੈਟ ਮਾਰਿਆ ਹੈ। ਓਏ ਖਾਲੀ ਕੁੱਟ ਘਾ ਗਿਆ ਹੈ ਜਾਂ ਕੁਝ ਮਾਰ ਮੂਰ ਕੇ ਵੀ ਆਇਆ ਉਹਨੂੰ? ਇਨਕੇ ਪਾਸ ਬੈਟ ਹੈ ਮੇਰੇ ਪਾਸ ਕੁਝ ਵੀ ਨਹੀਂ ਥਾ। ਮੇਰਾ ਤਾਂ ਦਿਲ ਕਰਦਾ ਤੇਰੇ ਮੂੰਹ ਤੇ ਇੱਕ ਰੈਪਟਾ ਮਾਰਾਂ। ਹੈ? ਇੱਕ ਕੰਮ ਕਰ ਇੱਥੋਂ ਐਟ ਚੱਕ ਤੇ ਲੈ ਜਾ ਤੇ ਉਹਦਾ ਜਾ ਕੇ ਸਿਰ ਫਾੜ ਕੇ ਆ। ਚਲ ਸ਼ਾਬਾਸ਼ ਠੀਕ ਹੈ ਮਾਮੂ ਮੈਂ ਉਸਕਾ ਵੀ ਸਰਖਾਰ ਕੇ ਆਤਾ ਹਾਂ ਘਬਰਾਨਾ ਨਹੀਂ ਬਿਲਕੁਲ ਵੀ ਵੇ ਭਰਾਵਾ ਤੂੰ ਤਾਂ ਉਹਨੂੰ ਨਵੀਆਂ ਮੱਤਾ ਦੇਣ ਦਿਆਵੇਂ ਅਗਲੇ ਘਰਾਂ ਵਾਲੇ ਵੀ ਬਦਮਾਸ਼ ਹੁੰਦੇ ਨੇ ਭੈਣੇ ਤੂੰ ਘਬਰਾਨਾ ਇਸ ਮੱਲੇ ਦੇ ਜਿੰਨੇ ਵੀ ਬਦਮਾਸ਼ ਨੇ ਤੇਰੇ ਵੀਰ ਦੀ ਜੇਬ ਵਿੱਚ ਹੁੰਦੇ ਨੇ ਹਾਂ ਡਰੇ ਹੁੰਦੇ ਆ ਤੈਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਨਾ ਵੇਖ ਲਾਂਗਾ ਮੈਂ ਉਹਨੂੰ ਆਪੇ ਹਾਈ ਹਾਈ ਇੱਕ ਤਾਂ ਅਬ ਤੇਰੇ ਦਾ ਲਾ ਮਾਮਾ ਨਾ ਤਾਂ ਕਿਸੇ ਨੂੰ ਵੀ ਮਸਤ ਅੰਦਾਜ਼ ਆ ਨਾ ਆਵੇ ਤੇ ਬਦਮਾਸ਼ ਬਣਿਆ ਫਿਰਦਾ ਹਾਂ ਵੱਡੇ ਆਏ ਬਦਮਾਸ਼ ਦੇਖ ਲਾਂਗੇ ਉਹਨੂੰ ਹੀ A few moments later ਭਾਈ ਜਾਨੇ ਮੇਰੀ ਗੱਲ ਤੇ ਸੁਣੋ ਹੈ ਰੋਟੀ ਤਾਂ ਹਾਲੇ ਬਣਦੀ ਪਈ ਹੈ ਤੁਸੀਂ ਕੀ ਖਾਂਦੇ ਪਏ ਹੋ ਭਰਾ ਮੈਂ ਆਪਣੀ ਜਾਇਦਾਦ ਦਾ ਹਿੱਸਾ ਖਾ ਰਿਹਾ ਹਾਂ ਹਾਈ ਮੇ ਭਰਤਾਵਾ ਜਦਾ ਦਾ ਇਸਾ ਖਾ ਗਿਆ 베ਰੀ ਸਾਰੀ